ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮਿਆਂ ਤੋਂ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਆ, ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਅਣਆਈਆਂ ਮੌਤਾਂ ਹੋ ਰਹੀਆਂ ਨੇ, ਪਰ ਜੋ ਪਿਛਲੇ ਮਹੀਨੇ ਹੋਇਆ ਆ ਉਸਨੇ ਸਾਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਆ। ਪੰਜਾਬੀ ਚਾਹੇ ਜਿੱਥੇ ਵੀ ਬੈਠਾ ਸੀ ਉਹਦੀ ਇੱਕੋ ਆਵਾਜ਼ ਸੀ, ਪੰਜਾਬ ਨੂੰ ਬਚਾ ਲਓ। ਲੋਕਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਸੋਸ਼ਲ ਮੀਡੀਆ ਦੇ ਉੱਪਰ, ਮੀਡੀਆ ਨੇ ਵੀ ਗੱਲ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ, ਕਿਉਂਕਿ ਪੰਜਾਬ ਦੀ ਹੋਣ ਦੀ ਗੱਲ ਸੀ। ਸਰਕਾਰ ਨੂੰ ਗੋਡੇ ਟੇਕਣੇ ਪਏ, ਉਹਨਾਂ ਨੇ ਸਰਕਾਰ ਨੇ ਜਿਹੜੀ ਇੱਕ ਐਮਰਜੈਂਸੀ ਇੱਕ ਮੀਟਿੰਗ ਕੀਤੀ ਉਹਦੇ ਵਿੱਚ ਕੁਝ ਕਾਨੂੰਨ ਪਾਸ ਕਰਨ ਦੀ ਗੱਲ ਕੀਤੀ, ਉਹਨਾਂ ਨੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਫਾਂਸੀ ਦੇਣ ਦੀ ਗੱਲ ਕੀਤੀ, ਜਿਹੜੇ ਹੋਰ ਮੁਲਾਜ਼ਮ ਨੇ ਚਾਹੇ ਪੁਲਿਸ ਵਾਲੇ ਹੋਣ ਜਾਂ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮ ਹੋਣ ਜਾਂ ਹੋਰ ਕਿਸੇ ਮਹਿਕਮੇ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ, ਉਹਨਾਂ ਦੇ ਜਿਹੜੇ ਡੋਪ ਟੈਸਟ ਦੀ ਵੀ ਗੱਲ ਕੀਤੀ ਗਈ। ਇਹ ਸਾਰੇ ਵਿਸ਼ੇ 'ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ MLA ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਜੀ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਰਕਾਰ ਨੇ ਜਿਹੜਾ ਕਿਹਾ ਵੀ ਫਾਂਸੀ ਦਾ ਕਾਨੂੰਨ ਲਿਆਉਣਾ ਚਾਹੀਦਾ ਆ ਜਿਹੜਾ ਨਸ਼ੇ ਵੇਚਦਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਜਿਹੜਾ ਇਹਨਾਂ ਨੇ ਕਿ ਡਰਾਮਾ ਕੀਤਾ ਵੀ ਜਿਹੜਾ ਨਸ਼ੇ ਵਾਲਿਆਂ ਨੂੰ ਫਾਂਸੀ ਹੋਊਗੀ, ਇਹ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਜਿਹੜਾ ਪੰਜਾਬ 'ਚ ਬੜਾ ਰੌਲਾ ਪਿਆ ਹੋਇਆ, ਜਿਹੜੇ ਨੌਜਵਾਨ ਮਰ ਰਿਹਾ, ਉਹ ਇੱਕ ਚਿੱਟੇ ਦਾ ਜਿਹੜਾ ਨਸ਼ਾ ਪੰਜਾਬ ਚੱਲ ਰਿਹਾ ਉਹਦੇ ਕਰਕੇ ਮਰ ਰਿਹਾ, ਅਤੇ ਇਹ NDPS ਐਕਟ ਦੇ ਪਹਿਲਾਂ ਹੀ ਅੰਡਰ ਆਉਂਦਾ, ਅਤੇ NDPS ਐਕਟ ਦੇ ਅੰਡਰ ਵਿਕਰਮ ਜੀ ਇਹੀ ਹੈ ਕਿ ਜਿਹੜਾ ਬੰਦਾ ਚਿੱਟਾ ਵੇਚਦਾ ਫੜਿਆ ਜਾਂਦਾ ਜਾਂ ਦੂਜੀ ਵਾਰੀ ਫੜਿਆ ਜਾਂਦਾ ਤਾਂ ਉਹਨੂੰ ਮੌਤ ਦੀ ਸਜ਼ਾ, ਇਹ ਪਹਿਲਾਂ ਹੀ ਕਾਨੂੰਨ ਇਹ ਹੈ। ਪਰ ਗੱਲ ਤਾਂ ਇਹ ਹੈ ਨਾ ਕਿ ਜਿਹੜੇ ਵੀ ਫੜੇ ਜਾਂਦੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਜਿਹੜੀ ਪੰਜਾਬ ਦੀ ਪੁਲਿਸ ਹੈ ਜੀ, ਅਤੇ ਅਸੀਂ ਦੁਬਾਰਾ ਸਵਾਲ ਵੀ ਉਠਾ ਰਹੇ ਹਾਂ ਕਿ ਉਹਦੇ 'ਚ ਇੱਦਾਂ ਦੇ ਅਫਸਰ ਲਾਏ ਗਏ ਆ ਜਿਹੜੇ ਚਿੱਟਾ ਵਿਕਾਉਣ 'ਚ ਜਿਹੜੇ ਭਾਗੀਦਾਰ ਹੈ, ਜੇ ਕਿਸੇ ਬੰਦੇ ਤੋਂ 2 ਕਿਲੋ 5 ਕਿਲੋ ਫੜਿਆ ਵੀ ਜਾਂਦਾ ਤਾਂ ਉਹਦੇ 'ਚ ਮਾਤਰਾ ਉਹਦੀ ਘਟਾ ਦਿੱਤੀ ਜਾਂਦੀ ਹੈ, ਕਿਉਂਕਿ 250 ਗ੍ਰਾਮ ਤੋਂ ਜੇ ਉੱਪਰ ਫੜਿਆ ਜਾਂਦਾ ਉਹਨੂੰ ਕਮਰਸ਼ੀਅਲ ਮੰਨਿਆ ਜਾਂਦਾ, ਜੇ ਉਦੋਂ ਨੀਚੇ ਫੜਿਆ ਜਾਂਦਾ ਤਾਂ ਉਹਨੂੰ ਕਮਰਸ਼ੀਅਲ ਨਹੀਂ ਮੰਨਿਆ ਜਾਂਦਾ। ਤਾਂ ਜਿਹਦੇ ਤੋਂ 2 ਕਿਲੋ ਫੜਿਆ ਜਾਂਦਾ ਤਾਂ ਉਹ ਅਫਸਰ ਕਹਿੰਦੇ ਕਿ 20 ਲੱਖ ਰੁਪਇਆ ਦਿਓ, ਅਸੀਂ ਤੁਹਾਨੂੰ ਕਮਰਸ਼ੀਅਲ 'ਚੋਂ ਕੱਢ ਦਿੰਦੇ ਹਾਂ। ਜਦੋਂ 250 ਗ੍ਰਾਮ ਤੋਂ ਥੱਲੇ ਰਹਿ ਜਾਂਦਾ ਉਹ ਸਜ਼ਾ ਤੋਂ ਆਪ ਹੀ ਛੁੱਟ ਜਾਂਦਾ ਹੈਗਾ। ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋ ਰਿਹਾ, ਜਿਹਦੇ ਕਰਕੇ ਅੱਜ ਜਿਹੜੇ ਪੰਜਾਬ 'ਚ ਮਾਵਾਂ ਦੇ ਪੁੱਤ ਮਰ ਰਹੇ ਆ। ਅੱਛਾ, ਇੱਕ ਹੋਰ ਗੱਲ ਜਿਹੜੀ ਸਰਕਾਰ ਨੇ ਕਹੀ ਆ, ਅਹਿਮ ਫੈਸਲਾ ਲਿਆ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਡੋਪ ਟੈਸਟ ਕਰਾਉਣ ਦੀ ਗੱਲ ਕਰੀ ਗਈ ਆ ਜੀ, ਵੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਉਣ ਨਾਲ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਦੀ ਰੋਕਥਾਮ ਹੋ ਜੂ ਜੀ? ਦੇਖੋ, ਜਿਹੜਾ ਡੋਪ ਟੈਸਟ ਦੇ ਕਰਾਉਣ ਦੀ ਗੱਲ ਕੀਤੀ ਗਈ ਹੈ, ਠੀਕ ਹੈ, ਅੱਛੀ ਗੱਲ ਹੈ ਜਿਹੜੇ ਪ੍ਰਸ਼ਾਸਨ 'ਚ ਬੈਠੇ ਹੈ, ਕਿਉਂਕਿ ਜੇ ਉਹਨਾਂ ਨੇ ਕੋਈ ਚੀਜ਼ ਲੋਕਾਂ 'ਤੇ ਲਾਗੂ ਕਰਨੀ ਹੈ ਕਿ ਲੋਕ ਨਸ਼ਾ ਨਾ ਕਰਨ ਤਾਂ ਉਹ ਆਪ ਪਹਿਲਾਂ ਨਸ਼ੇ ਤੋਂ ਰਹਿਤ ਹੋਣੇ ਜ਼ਰੂਰੀ ਹੈ, ਅੱਛੀ ਗੱਲ ਹੈ। ਪਰ ਇਹ ਜ਼ਿਆਦਾ ਅੱਛਾ ਹੁੰਦਾ ਜੇ ਕੈਪਟਨ ਸਾਹਿਬ ਸਭ ਤੋਂ ਪਹਿਲਾਂ ਇਹ ਆਪਦੇ ਆਪ 'ਤੇ ਲਾਗੂ ਕਰਦੇ, ਕਿਉਂਕਿ ਉਹ ਪੰਜਾਬ ਦੇ ਮੁਖੀ ਹੈ, ਉਹ ਪਹਿਲਾਂ ਅੱਗੇ ਹੋ ਕੇ ਡੋਪ ਟੈਸਟ ਕਰਾਉਂਦੇ ਕਿ ਮੈਂ ਸਭ ਤੋਂ ਪਹਿਲਾਂ ਡੋਪ ਟੈਸਟ ਕਰਾਉਣਾ, ਇਸ ਤੋਂ ਬਾਅਦ ਮੇਰੇ ਸਾਰੇ MLA ਕਰਵਾਉਣਗੇ, MP ਕਰਵਾਉਣਗੇ, ਸਾਰੇ ਮੰਤਰੀ ਕਰਵਾਉਣਗੇ, ਉਸ ਤੋਂ ਬਾਅਦ ਮੁਲਾਜ਼ਮ ਆਉਂਦੇ ਆ, ਕਿਉਂਕਿ ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੀ ਹੈ, ਮੰਤਰੀਆਂ ਦੀ ਹੈ, MLAs ਦੀ ਹੈ, ਲੋਕ ਉਸ ਤੋਂ ਬਾਅਦ ਆਉਂਦੇ ਆ, ਮੁਲਾਜ਼ਮ ਉਸ ਤੋਂ ਬਾਅਦ ਆਉਂਦੇ ਨੇਗੇ। ਸੋ ਪਹਿਲਾਂ ਆਪਣੇ ਆਪ ਸ਼ੁਰੂ ਕਰਦੇ, ਠੀਕ ਹੈ, ਅੱਛੀ ਗੱਲ। ਅੱਜ ਸਾਡੇ ਵੀ ਇੱਕ MLA ਸਾਹਿਬ ਨੇ, ਅਰੋੜਾ ਸਾਹਿਬ ਨੇ ਡੋਪ ਟੈਸਟ ਕਰਵਾਇਆ, ਅਤੇ ਆਉਣ ਵਾਲੇ ਦਿਨਾਂ 'ਚ ਅਸੀਂ ਵੀ ਇਹ ਕਰਵਾਵਾਂਗੇ। ਜੇ ਜਿਹੜੇ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਪੰਚਾਇਤ ਤੋਂ ਲੈ ਕੇ ਜਾਂ MP ਤੱਕ ਨੇ, MLA ਨੇ, ਜੇ ਸਾਰਿਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਨੇ, ਤੁਸੀਂ ਸਹਿਮਤ ਹੋ ਇਸ ਗੱਲ ਨਾਲ? ਹਾਂਜੀ, 100% ਸਹਿਮਤ ਹਾਂ, ਕਿਉਂਕਿ ਮੈਂ ਜਿਵੇਂ ਪਹਿਲਾਂ ਕਹਿ ਹਟਿਆ ਨਾ, ਜਿਹੜੀ ਚੀਜ਼ ਆਪਾਂ ਲੋਕਾਂ 'ਚ ਲਾਗੂ ਕਰਨ ਨੂੰ ਕਹਿੰਦੇ ਹਾਂ, ਜੇ ਆਪਾਂ ਲੋਕਾਂ ਤੋਂ ਉਮੀਦ ਕਰਦੇ ਹਾਂ ਕਿ ਲੋਕ ਨਸ਼ਾ ਨਾ ਕਰਨ, ਲੋਕ ਨਸ਼ੇ ਤੋਂ ਰਹਿਣ, ਤਾਂ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਲੋਕਾਂ ਦੇ ਲੀਡਰ ਹਾਂ, ਲੋਕਾਂ ਨੇ ਸਾਨੂੰ ਫੋਲੋ ਕਰਨਾ, ਜੇ ਅਸੀਂ ਨਸ਼ਾ ਰਹਿਤ ਹੋਵਾਂਗੇ ਤਾਂ ਹੀ ਅਸੀਂ ਲੋਕਾਂ ਨੂੰ ਗੱਲ ਇਹ ਕਹਾਂਗੇ। ਅੱਛਾ, ਕੈਪਟਨ ਸਾਹਿਬ ਨੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਸਹੁੰ ਖਾਧੀ ਸੀ ਗੁਟਕਾ ਸਾਹਿਬ ਦੇ ਹੱਥ ਵਿੱਚ ਫੜ ਕੇ, ਵੀ 4 ਹਫ਼ਤੇ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦਿੱਤਾ ਜਾਊ, ਕਿਤੇ ਅੱਜ ਜਿਹੜੇ ਹਾਲਾਤ ਕੀ ਨੇ ਜੀ ਉਹ? ਦੇਖੋ, ਕੈਪਟਨ ਸਾਹਿਬ ਨੇ ਚੋਣਾਂ ਤੋਂ ਪਹਿਲਾਂ
ਦਮਦਮਾ ਸਾਹਿਬ ਵਿਖੇ ਇਸ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਇਹ ਨਸ਼ਾ ਖਤਮ ਕਰੂੰਗਾ। ਉਸ ਤੋਂ ਬਾਅਦ ਕੈਲੀਫੋਰਨੀਆ ਦੀ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਕੁਛ ਦਿਨ ਪਹਿਲਾਂ, ਜਿਹਦੇ ਵਿੱਚ ਉਹ ਕਹਿ ਰਹੇ ਹੈ ਕਿ ਸਾਨੂੰ ਸਭ ਪਤਾ ਪੰਜਾਬ 'ਚ ਨਸ਼ਾ ਕੌਣ ਵੇਚਦਾ, ਕਿਹੜੇ ਪੁਲਿਸ ਵਾਲੇ ਨਾਲ ਰਲੇ ਹੋਏ ਆ, ਸਾਡੇ ਕੋਲ ਅੱਛੇ ਇਮਾਨਦਾਰ ਅਫਸਰ ਹੈਗੇ ਆ। ਉਹ ਕਹਿੰਦੇ 4 ਮਹੀਨੇ ਛੱਡੋ, ਕੈਲੀਫੋਰਨੀਆ 'ਚ ਕਹਿ ਰਹੇ ਸੀ ਜਾ ਕੇ ਚੋਣਾਂ ਤੋਂ ਪਹਿਲਾਂ ਕਿ ਅਸੀਂ 10 ਦਿਨਾਂ ਦੇ ਵਿੱਚ ਪੰਜਾਬ 'ਚੋਂ ਨਸ਼ਾ ਖਤਮ ਕਰਾਂਗੇ, ਅਤੇ ਅੱਜ 16 ਮਹੀਨੇ ਹੋ ਗਏ। ਉਸ ਤੋਂ ਬਾਅਦ ਕਦੇ ਤਾਂ ਕੈਪਟਨ ਸਾਹਿਬ ਕਹਿੰਦੇ ਕਿ ਪੰਜਾਬ 'ਚ ਨਸ਼ਾ ਹੈ ਨਹੀਂ, ਪਾਰਟੀ ਪ੍ਰਧਾਨ ਜਾਖੜ ਸਾਹਿਬ ਦਾ 2 ਦਿਨ ਪਹਿਲਾਂ ਬਿਆਨ ਆਇਆ ਸੀਗਾ ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ। ਜਿਹੜੀਆਂ ਮੌਤਾਂ ਹੋ ਰਹੀਆਂ, ਜਿਹੜੀਆਂ ਫੋਟੋਜ਼ ਵੀਡੀਓਜ਼ ਆ ਰਹੀਆਂ ਜਿਨ੍ਹਾਂ 'ਚ ਮਾਵਾਂ ਬਿਰਲਾਪ ਕਰ ਰਹੀਆਂ ਆਪਣੇ ਪੁੱਤਾਂ 'ਤੇ, ਇਹ ਉਹ ਨੌਜਵਾਨ ਮਰ ਰਹੇ ਆ ਜਿਹੜੇ ਨਸ਼ੇ ਦੀ ਤੋੜ ਕਰਕੇ, ਕਿਉਂਕਿ ਨਸ਼ਾ ਹੈ ਨਹੀਂ, ਉਹਨਾਂ ਨੂੰ ਤੋੜ ਲੱਗ ਰਹੀ ਹੈ ਤਾਂ ਕਰਕੇ ਮਰ ਰਹੇ ਆ। ਅਤੇ 2 ਦਿਨ ਪਹਿਲਾਂ ਕੈਪਟਨ ਸਾਹਿਬ ਨੇ ਜੇ ਇੱਕ ਦੁਆਰਾ ਸੋਸ਼ਲ ਮੀਡੀਆ 'ਤੇ ਜਦੋਂ ਲੋਕਾਂ ਦਾ ਆਵਾਜ਼ ਉੱਠੀ, ਲੋਕ ਸੜਕਾਂ 'ਤੇ ਆਏ, ਪਿੰਡ ਪਿੰਡ 'ਚ ਆਵਾਜ਼ ਉੱਠੀ ਨਸ਼ੇ ਦੇ ਵਿਰੁੱਧ, ਮੁਹਿੰਮ ਚੱਲੀ ਕਿ ਮਰੋ ਜਾਂ ਵਿਰੋਧ ਕਰੋ, ਇਸ 'ਤੇ ਦਵਾਹ ਹੇਠਾ ਕੇ 2 ਦਿਨ ਪਹਿਲਾਂ ਕੈਪਟਨ ਸਾਹਿਬ ਨੇ ਇੱਕ ਵੀਡੀਓ ਪਾਈ, ਉਹਦੇ ਵਿੱਚ ਕਿਹਾ ਗਿਆ ਕਿ ਅਸੀਂ 2 ਦਿਨ ਤੋਂ ਨਸ਼ੇ 'ਤੇ ਪੂਰੀ ਸਖਤੀ ਕੀਤੀ ਹੋਈ ਹੈ। ਇਹ ਤੋਂ ਸਪਸ਼ਟ ਹੋ ਜਾਂਦਾ ਕਿ 16 ਮਹੀਨਿਆਂ ਤੋਂ ਇਹਦਾ ਮਤਲਬ ਕੈਪਟਨ ਸਾਹਿਬ ਨੇ ਸਖਤੀ ਕੀਤੀ ਨਹੀਂ ਸੀ ਹੋਈ, ਹੁਣ ਲੋਕਾਂ ਦੇ ਪ੍ਰੈਸ਼ਰ ਹੇਠ ਸਖਤੀ ਕੀਤੀ ਹੈ। ਪਰ ਹੁਣ ਵੀ ਚਲੋ ਕਹਿੰਦੇ ਹਾਂ ਦੇਰ ਆਏ ਦਰੁਸਤ ਆਏ, ਹੁਣ ਵੀ ਦੇਖਦੇ ਹਾਂ ਕਿ ਕਿੰਨੀ ਕੁ ਸਖਤੀ ਹੁੰਦੀ ਹੈ। ਆਹ ਮਹੀਨੇ ਡੇਢ ਮਹੀਨੇ ਪਤਾ ਲੱਗ ਜਾਣਾ ਕਿੰਨੇ ਕੁ ਜਿਹੜੇ ਗਰੋਹ ਨੇ ਉਹ ਫੜੇ ਜਾਂਦੇ ਆ, ਜਿਹੜੇ ਵੱਡੇ ਬਿਕਰਮ ਮਜੀਠੀ ਵਰਗੇ ਉਹ ਫੜੇ ਜਾਂਦੇ ਆ, ਵੱਡੇ ਸਰਗਣਾ ਨੇ, ਜਾਂ ਹੁਣ ਵੀ ਜਿਹੜੇ ਮਰੀਜ਼ ਆ ਉਹਨਾਂ 'ਤੇ ਫੜ ਕੇ ਪਰਚੇ ਦਿੱਤੇ ਜਾਂਦੇ ਆ। ਅੱਛਾ, ਜਿਹੜੇ ਹੁਣ ਬਿਆਨ ਦੀ ਗੱਲ ਕੀਤੀ ਹੈ ਕੈਪਟਨ ਸਾਹਿਬ ਦੀ, ਕਿਤੇ ਲੋਕਾਂ ਦੇ ਪ੍ਰੈਸ਼ਰ ਤੋਂ ਸਿਰਫ ਪੱਲਾ ਝਾੜਨ ਲਈ ਤਾਂ ਨਹੀਂ, ਵੀ ਜੋ ਮੂੰਹ 'ਚ ਆਇਆ ਉਹੀ ਬੋਲੀ ਜਾਓ? ਦੇਖੋ ਮੈਂ ਕਹਿਣਾ ਮਹੀਨੇ ਡੇਢ ਮਹੀਨੇ ਸਪਸ਼ਟ ਹੋ ਜੂਗਾ, ਜੇ ਤਾਂ ਜਿਹੜੇ ਵੱਡੇ ਸਰਗਣਾ ਨੇ ਜੇ ਤਾਂ ਉਹਨਾਂ 'ਤੇ ਕਾਰਵਾਈ ਹੋਈ ਤਾਂ ਸਾਨੂੰ ਲੋਕਾਂ ਨੂੰ ਵਾਕਿਆ ਹੀ ਲੱਗੂਗਾ ਕਿ ਹਾਂ ਸਰਕਾਰ ਹੁਣ ਵਾਕਿਆ ਹੀ ਨਸ਼ੇ ਦੇ ਜਿਹੜੇ ਮੁੱਦੇ ਨੂੰ ਲੈ ਕੇ ਚਿੰਤਿਤ ਹੈ, ਵਾਕਿਆ ਉਸ ਪਾਸੇ ਨੂੰ ਚੱਲੀ ਹੈ ਕਿ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾਵੇ। ਜੇ ਹੁਣ ਵੀ ਮਰੀਜ਼ਾਂ 'ਤੇ ਪਰਚੇ ਪਾਏ ਗਏ, ਹੁਣ ਵੀ ਜਿਹੜੇ ਸਾਡੇ ਨੌਜਵਾਨ ਸਾਡੇ ਭਰਾ ਜਿਨ੍ਹਾਂ ਨੂੰ ਇਹਨਾਂ ਦੇ ਵੱਡੇ ਸਰਗਣਾ ਨੇ ਜਿਨ੍ਹਾਂ ਨੇ ਆਦੀ ਬਣਾਉਣਾ ਨਸ਼ੇ ਦੇ, ਜੇ ਹੁਣ ਵੀ ਉਹ ਮਾਵਾਂ ਦੇ ਪੁੱਤਾਂ ਨੂੰ ਫੜ ਕੇ ਅੰਦਰ ਕੀਤਾ ਗਿਆ, ਤਾਂ ਇਹਦੇ ਤੋਂ ਜਿਹੜੀ ਇਹਨਾਂ ਦੀ ਨੀਤੀ ਹੈ, ਜਿਵੇਂ ਪਹਿਲਾਂ ਕੈਪਟਨ ਸਾਹਿਬ ਚਾਚੇ ਭਤੀਜੇ ਵਾਲਾ ਰੋਲ ਅਦਾ ਕਰ ਰਿਹਾ 1.5 ਸਾਲ ਤੋਂ, ਜੇ ਹੁਣ ਵੀ ਅੱਗੇ ਕਰਨਾ ਤਾਂ ਮਹੀਨੇ ਡੇਢ ਮਹੀਨੇ 'ਚ ਸਾਹਮਣੇ ਆ ਜਾਣਾ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ MLA ਗੁਰਮੀਤ ਸਿੰਘ ਮੀਰਹੇਅਰ ਜੀ। ਇਹਨਾਂ ਦਾ ਖੁਦ ਦਾ ਇਹ ਕਹਿਣਾ, ਸਿਰਫ ਮੁਲਾਜ਼ਮ ਹੀ ਕਿਉਂ, ਉਹਨਾਂ ਦਾ ਡੋਪ ਟੈਸਟ ਉਹਨਾਂ ਦਾ ਇਕੱਲਿਆਂ ਦਾ ਕਿਉਂ ਕਰਾਇਆ ਜਾਵੇ, ਜਦੋਂ ਕਿ ਜਿਹੜੇ ਨੇਤਾ ਨੇ ਉਹ ਵੀ ਜਨਤਾ ਦੇ ਸੇਵਕ ਨੇ, ਜਨਤਾ ਦੇ ਮੁਲਾਜ਼ਮ ਨੇ, ਉਹਨਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। ਈਸ਼ਰ ਸਿੰਘ ਹਰੀਗੜ੍ਹ ਦੇ ਨਾਲ ਵਿਕਰਮ ਸਿੰਘ ਧਨੌਲਾ।